ਯਾਰ ਰੰਗ ਬਹੁਤ ਕਾਲਾ ਹੋ ਗਿਆ, ਮੈਨੂੰ ਤੇ ਲੱਗਦਾ ਜੇ ਪਾਕਿਸਤਾਨ ਜਾਣਾ ਪੈਣਾ ਕੋਈ 47 ਅਫੀਸ਼ੀਅਲ ਕਰਾਉਣੇ ਪੈਣੇ। ਵਾਹਿਗੁਰੂ ਜੀ ਕੀ ਹਾਲ ਚਾਲ, ਉਮੀਦ ਕਰਦਾ ਸਾਰੇ ਵੀਰ ਭਰਾ ਸੱਜਣ ਮਿੱਤਰ ਠੀਕ ਠਾਕ ਹੋਵੋਗੇ ਤੇ ਹਮਜ਼ਾ ਵਲੌਗ ਦੇ ਨਾਲ ਅੱਜ ਫਿਰ ਇੱਕ ਵਾਰੀ ਜੁੜ ਚੁੱਕੇ ਤੁਹਾਡੇ ਨਾਲ ਤੇ ਕੰਮ ਤੇ ਉਹੀ ਰੁਟੀਨ ਤੇ ਜਿਹੜੀ ਗਰਮੀ ਆ। ਅੱਜ ਮੈਂ ਟੈਂਪਰੇਚਰ ਅਸਲ ਸਾਹਿਬ ਚੈੱਕ ਕੀਤਾ ਸੀ 45 ਤੇ 45 ਡਿਗਰੀ ਤੇ ਸੀ ਤੇ ਅੱਖਾਂ ਨਹੀਂ ਖੁੱਲਣ ਡੀਆਂ। 9 ਵਜੇ ਆਈਦਾ ਜਦੋਂ ਧੁੱਪ ਸੂਰਜ ਅੱਖਾਂ ਕੱਢਦਾ ਵਾ। ਬਾਕੀ ਹੁਣ ਤੇ ਇਸ ਟਾਈਮ ਹੋ ਗਿਆ ਟਾਈਮ ਆਪਣਾ ਕੀ ਕਹਿੰਦੇ ਆ 6:45 ਦਾ ਹੋ ਗਿਆ, ਸਾਡੀ ਚਾਹ ਦਾ ਟਾਈਮ ਵੀ ਹੋ ਗਿਆ ਤੇ ਹੁਣ ਨਾਲੇ ਖਾਣ ਪੀਣ ਦਾ ਆ ਜੀ ਮਾਸ਼ਾਅੱਲਾ। ਅਸਲ ਸਾਹਿਬ ਨੂੰ ਜਿਹੜੀ ਆ ਨਾ ਸਵਾਲ ਬੜੇ ਗੰਦੇ ਗੰਦੇ ਅੱਜ ਕੱਲ੍ਹ ਪੁੱਛਣ ਦੀ ਕੀ ਸਵਾਲ ਪੁੱਛ ਲਿਆ ਜੀ ਆਪਣੇ ਕੋਲ ਸਵਾਲ ਇੱਕ ਬੰਦੇ ਨੇ ਪੁੱਛਿਆ ਸਾਨੂੰ ਰਿਹਾਇਸ਼ ਦਾ ਇੰਤਜ਼ਾਮ ਕਰ ਦਿਓ। ਹਾਂ ਇੱਕ ਭਾਈ ਨੇ ਕਮੈਂਟ ਕੀਤਾ ਸੀ ਕਿ ਭਾਈ ਮੇਰੇ ਭਰਾ ਨੂੰ ਨਾ ਰਿਹਾਇਸ਼ ਦਾ ਇੰਤਜ਼ਾਮ ਕਰ ਦਿਓ, ਉਹ ਇੱਥੇ ਆਇਆ ਉਹ ਕੰਪਨੀ ਦੇ ਵਿੱਚ ਅਤੇ ਹੰਗਰ ਵਾਲੀ ਅਤੇ ਉਹਦੇ ਵਾਸਤੇ ਨਾ ਰਿਹਾਇਸ਼ ਦਾ ਕੋਈ ਮਤਲਬ ਭਾਈ ਜਾਨ ਅਸੀਂ ਪ੍ਰਾਪਰਟੀ ਦਾ ਕੰਮ ਸ਼ੁਰੂ ਕਰਨ ਲੱਗੇ ਹਾਂ ਠੀਕ ਆ। ਪ੍ਰਾਪਰਟੀ ਯਾਨੀ ਕਿ ਅਸੀਂ ਆਪਣਾ ਖਰੀਦ ਕੇ ਇੱਥੇ ਮਾਹੌਲ ਸਾਰਾ ਉਸ ਤੋਂ ਬਾਅਦ ਇੱਥੇ ਬਿਲਡਿੰਗ ਤਿਆਰ ਕਰਕੇ ਕਿਰਾਏ 'ਤੇ ਦਿਆ ਕਰਨੀ, ਉਹਦੇ ਵਿੱਚ ਜਦੋਂ ਅਸੀਂ ਤਿਆਰ ਸ਼ੁਰੂ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਰਿਹਾਇਸ਼ ਦਾ ਇੰਤਜ਼ਾਮ ਕਰ ਦਿਆਂਗੇ ਠੀਕ ਹੋ ਗਿਆ। ਅੱਛਾ ਅਸਲ ਸਾਹਿਬ ਇੱਕ ਭਾਈ ਨੇ ਕਮੈਂਟ ਕੀਤਾ ਕਿ ਆਜ਼ਾਦ ਵੀਜ਼ਾ ਲੈ ਕੇ ਤੁਸੀਂ ਆ ਸਕਦੇ ਆ ਇੱਥੇ, ਬਾਹਰ ਸਾਡੀ ਕੰਮ ਮਿਲ ਜਾਏਗਾ। ਭਾਈ ਜੀ ਤੁਹਾਡੇ ਵਾਸਤੇ ਇਹ ਅਸੀਂ ਕਹਿਣਾ ਚਾਹਾਂਗੇ ਕਿ ਬਿਹਤਰ ਇਹ ਹੈ ਕਿ ਕੰਪਨੀ ਦਾ ਵੀਜ਼ਾ ਤੁਸੀਂ ਨਾ ਲੈ ਕੇ ਆਓਗੇ, ਉਹਦੇ ਵਿੱਚ ਜ਼ਿਆਦਾ ਫਾਇਦਾ। ਮੈਂ ਪਿੱਛੇ ਜੀ ਇੱਕ ਵੀਡੀਓ ਬਣਾਈ ਸੀ ਅਸਲ ਸਾਹਿਬ ਆਪਾਂ, ਉਹਦੇ ਵਿੱਚ ਦੱਸਿਆ ਸੀ ਵੀ ਜਿਹੜਾ ਆਜ਼ਾਦ ਬੰਦਾ ਵੀਜ਼ਾ ਲੈ ਕੇ ਆਉਂਦਾ ਨਾ ਉਹਦੇ ਵਿੱਚ ਅਖਰਾਜਾਤ ਉਹਦੇ ਕਾਫੀ ਹੋ ਜਾਂਦੇ ਆ, 12 ਤੋਂ ਲੈ ਕੇ 15,000 ਰਿਆਲ ਤੱਕ ਖਰਚਾ ਜਿਹੜਾ ਨਾ ਉਹਦਾ ਹੋ ਜਾਂਦਾ, ਕਿਉਂਕਿ ਘਾਮੇ ਦੀ ਫੀਸ, ਫਿਰ ਉਸ ਤੋਂ ਬਾਅਦ ਉਹਨੂੰ ਰਿਹਾਇਸ਼ ਲੱਭਣੀ ਪੈਣੀ, ਫਿਰ ਤੁਰ ਫਿਰ ਕੇ ਕੰਮ ਲੱਭਣਾ ਪੈਣਾ, ਇਹ ਸਾਰੀਆਂ ਚੀਜ਼ਾਂ ਨੂੰ ਬੰਦੇ ਨੇ ਆਪ ਫੇਸ ਕਰਨਾ ਵਾ, ਉਸ ਤੋਂ ਬਾਅਦ ਜਾ ਕੇ ਉਹਦੇ ਕੋਲ ਸੈੱਟ ਹੋਣਾ ਵਾ। ਕੰਪਨੀ ਦੇ ਵਿੱਚ ਇਹ ਹੋਏਗਾ ਤੁਹਾਡਾ, ਬਾਕੀ ਤੁਹਾਡੀ ਆਪਣੀ ਮਰਜ਼ੀ ਆ, ਆਪਾਂ ਤਾਂ ਤੁਹਾਨੂੰ ਬਾਈ ਜੀ ਮਸ਼ਵਰਾ ਹੀ ਦੇ ਸਕਦੇ। ਭਾਈ ਜਾਨ ਆਜ਼ਾਦ ਵੀਜ਼ਾ ਲੈ ਕੇ ਉਹ ਬੰਦਾ ਆਵੇ ਜਿਹਦਾ ਰਿਸ਼ਤੇਦਾਰ ਇੱਥੇ ਆਏਗਾ, ਹਾਂ ਜਿਹੜਾ ਉਹਨੂੰ ਸਾਂਭ ਸਕੇ। ਯਾਰ ਜਿਹੜੇ ਆਜ਼ਾਦ ਵੀਜ਼ਾ ਲੈ ਕੇ ਆਉਣਾ ਚਾਹੁੰਦੇ ਅਸੀਂ ਪਹਿਲਾਂ ਵੀ ਉਹਨਾਂ ਨੇ ਪ੍ਰੋਪਰ ਇੱਕ ਗੱਲ ਦੱਸੀ ਸੀ ਕਿ ਯਾਰ ਜਿਹੜਾ ਬੰਦੇ ਕੋਲ ਹੁਨਰ ਆ ਪਹਿਲੀ ਗੱਲ ਉਹ ਆਜ਼ਾਦ ਵੀਜ਼ਾ ਲੈ ਕੇ ਆਵੇ, ਜਾਂ ਜਿਹੜੇ ਬੰਦੇ ਕੋਲ ਇਨਵੈਸਟਮੈਂਟ ਆ ਆਪਣੀ ਇੱਥੇ ਗੱਡੀ ਗੁੱਡੀ ਬਣਾ ਸਕਦਾ ਉਹ ਆਜ਼ਾਦ ਵੀਜ਼ਾ ਲੈ ਕੇ ਆਵੇ, ਜਾਂ ਜਿਹੜੇ ਬੰਦੇ ਕੋਲ ਮਾੜਾ ਮੋਟਾ ਹੁਨਰ ਵੀ ਹੈ ਵਾ ਨਾਲ ਕੋਈ ਇੱਥੇ ਉਹਨੂੰ ਸੰਭਾਲਣ ਵਾਲਾ ਬੰਦਾ ਵੀ ਹੈ ਉਹ ਬੰਦਾ ਲੈ ਕੇ ਆਜ਼ਾਦ ਵੀਜ਼ਾ ਆਵੇ। ਉਵੇਂ ਆਜ਼ਾਦ ਵੀਜ਼ੇ ਦਾ ਇੱਥੇ ਕੋਈ ਫਾਇਦਾ ਨਹੀਂ ਹੈਗਾ, ਇੱਥੇ ਤਫੀਲ ਪੈਸੇ ਵੀ ਲੈ ਕੇ ਬੰਦੇ ਔਖਾ ਜਾਂਦੇ, ਉਹਨਾਂ ਦਾ ਕੰਮ ਵੀ ਲਗਾਉਂਦੇ। ਮੇਰਾ ਆਪਣਾ ਕਜ਼ਨ ਆਇਆ ਵਾ ਉਹ ਸਾਡਾ ਯਾਨੀ ਕਿ ਨਾ ਦੂਸਰਾ ਜਿਹੜਾ ਬੰਦਾ ਲੈ ਕੇ ਉਹਨੂੰ ਆਇਆ ਨਾ ਉਹ ਵੀ ਸਾਡਾ ਆਪਣਾ ਰਿਸ਼ਤੇਦਾਰ ਹੀ ਆ, ਕਫੀਲ ਨੇ ਪੈਸੇ ਦੇ ਤੇ ਕਾਮੇ ਦੇ ਕਫੀਲ ਨੇ ਕੰਮ ਲਵਾਇਆ, 8 ਮਹੀਨੇ ਹੋ ਗਏ ਦਲੀਲ ਹੋਣ ਡਿਆ ਅਤੇ ਇਹ ਹਿਸਾਬ ਕਿਤਾਬ ਵਾ ਕਾਮੇ ਤੋਂ ਬਗੈਰ ਤੁਹਾਨੂੰ ਤਨਖਾਹ 'ਤੇ ਕੋਈ ਬੰਦੇ ਨੇ ਬਿਲੀ ਗੱਲ ਰੱਖ ਵੀ ਲਿਆ ਅਤੇ ਉਹਨੇ ਇੱਥੇ ਪੈਸੇ ਦੇਣੇ ਆ, ਅਗਰ 2,000 ਤਨਖਾਹ 3,000 ਤਾਂ ਤੁਹਾਨੂੰ ਰੱਖਣਾ ਆ ਅਤੇ ਲਿਹਾਜ਼ਾ ਇਹ ਰਿਸਕ ਨਾ ਲਓ, ਕੰਪਨੀ ਦੇ ਕੰਮ 'ਤੇ ਆਓ। ਅਗਰ ਜਿਹੜੇ ਬੰਦੇ ਕੋਲ ਰਿਸੋਰਸ ਹੈ ਪੈਸੇ ਹੈ ਨਾ ਉਹ ਆਵੇ ਆਜ਼ਾਦ ਵੀਜ਼ੇ, ਉਹਨੂੰ ਖੁੱਲ੍ਹੇ ਪੈਸੇ ਵੀ ਆਪਣਾ ਇੱਥੇ ਰਿਹਾਇਸ਼ ਦਾ ਆਜ਼ਾਦ ਵੀਜ਼ੇ ਫਾਇਦੇ ਬਹੁਤ ਆ, ਇਹ ਨਹੀਂ ਗੱਲ ਕਿ ਨੁਕਸਾਨ ਆ, ਲੇਕਿਨ ਇਹ ਆ ਫਾਇਦਾ ਉਸ ਬੰਦੇ ਨੂੰ ਜਿਹਦੇ ਕੋਲ ਸਰਮਾਇਆ ਵਾ ਜਾਂ ਜਿਹੜੇ ਬੰਦੇ ਦਾ ਕੋਈ ਸੰਭਾਲਣ ਵਾਲਾ ਅੱਗੇ ਬੰਦਾ ਹੈਗਾ ਉਹ ਬੰਦੇ ਨੂੰ ਫਾਇਦਾ ਆ, ਉਵੇਂ ਕੋਈ ਫਾਇਦਾ ਨਹੀਂ ਆਜ਼ਾਦ ਵੀਜ਼ੇ। ਕੰਪਨੀ ਵੀਜ਼ੇ 'ਚ ਇਹ ਫਾਇਦਾ ਆਉਂਦਾ ਬੰਦਾ ਕੰਮ 'ਤੇ ਲੱਗ ਗਿਆ, ਕੰਪਨੀ ਦੀ ਜ਼ਿੰਮੇਵਾਰੀ ਆ, ਰਿਹਾਇਸ਼ ਹਰ ਚੀਜ਼ ਦੀ ਜ਼ਿੰਮੇਵਾਰੀ ਆ, ਅਤੇ ਜਿਹੜਾ ਆਜ਼ਾਦ ਵੀਜ਼ਾ ਬੰਦੇ ਕੋਲ ਪੈਸੇ ਵੀ ਚਾਰ ਆਣੇ ਚੰਗੇ ਹੋਣੇ ਚਾਹੀਦੇ ਪਹਿਲਾਂ। ਬਾਕੀ ਅਸਦ ਗੱਲ ਮੁਕੱਦਰਾਂ 'ਤੇ ਮੁੱਕਦੀ ਆ, ਕਈ ਬੰਦੇ ਹੁਣ ਜਿੱਦਾਂ ਕਿ ਕਮੈਂਟਾਂ ਬੋਕਸ ਦੇ ਵਿੱਚ ਕਹਿੰਦੇ ਆ ਕਿ ਬਾਈ ਜੀ ਅਸੀਂ ਆਮ ਹੰਗਰ 'ਚ ਆਏ ਹਾਂ, ਅਸੀਂ ਬਹੁਤ ਤੰਗ ਹੋ ਰਹੇ ਹਾਂ ਇੱਦਾਂ ਇੱਦਾਂ, ਬਾਈ ਜੀ ਬਾਕੀ ਅੱਲਾ ਪਾਕ ਸਾਰਿਆਂ 'ਤੇ ਮਿਹਰ ਕਰੇ। ਬਾਕੀ ਅਲਹਮਦੁਲਿਲਾ ਸਾਡਾ ਕੰਮ ਠੀਕ ਆ, ਅਸੀਂ ਨਾ ਸ਼ੁਕਰੇ ਤਾਂ ਨਹੀਂ, ਠੀਕ ਹੈ ਜੀ, ਤੇ ਬਾਕੀ ਸਾਡਾ ਮਾਸ਼ਾਅੱਲਾ ਕਫੀਲ ਵੀ ਚੰਗਾ, ਸਾਡੀ ਹਰ ਚੀਜ਼ ਜਿਹੜੀ ਆ ਨਾ ਚੱਲਣ ਡਈ ਆ, ਦਾਲ ਰੋਟੀ ਅਲਹਮਦੁਲਿਲਾ ਬਹੁਤ ਅੱਛਾ ਚੱਲਣ ਡਿਆ, ਰੱਬ ਦੀਆਂ ਮਿਹਰਬਾਨੀਆਂ, ਮਾਂ ਪਿਓ ਦੀਆਂ ਦੁਆਵਾਂ ਦੇ ਨਾਲ ਲੱਗੇ ਅਸੀਂ ਤਾਂ ਇਹ ਦੁਆ ਕਰਦੇ ਹਾਂ। ਅੱਲਾ ਪਾਕ ਸਾਰੇ ਜਿਹੜੇ ਪਰਦੇਸੀ ਭਰਾ ਇੱਥੇ ਮੌਜੂਦ ਨੇ ਅੱਲਾ ਪਾਕ ਸਾਰਿਆਂ 'ਤੇ ਖੈਰ ਰੱਖੇ। ਅਤੇ ਅਸਲ ਸਾਹਿਬ ਆਹ ਆਪਣਾ ਜਿਹੜਾ ਸ਼ਿਰਕਾ ਜੀ
ਇਹ ਸਾਰੀਆਂ ਮੋਟਰਸਾਈਕਲਾਂ ਹਾਂਜੀ ਅੱਧੀ ਆਵਾਮ ਜਿਹੜੀ ਆ ਨਾ ਸਾਡੀ ਉਹ ਆਸੇ ਪਾਸੇ ਨਿਕਲ ਗਈ ਆ ਅਤੇ ਆਹ ਕਾਫੀ ਮੋਟਰਸਾਈਕਲਾਂ ਖੜੀਆਂ ਸਮਾਨ ਜਾ ਰਿਹਾ ਵਾ ਸਾਹਿਬ ਜਿਹੜਾ ਨਾ ਕੇ ਐਫ ਸੀ ਖਾ ਰਿਹਾ ਨੀਰੀ ਬੋਟੀ ਮੋਟੀ ਮੋਟੀ ਤੇ ਬੋਟੀ ਉੱਤੇ ਨਹੀਂ ਬਾਬਾ ਜੀ ਨੀਂਦ ਹੀ ਨਹੀਂ ਪੂਰੀ ਹੁੰਦੀ ਚਾਰ ਘੰਟੇ ਮੈਂ ਸੌਣ ਡਿਆ ਵਾ ਬੰਦੇ ਆ ਰਹੇ ਹੁਣ ਏਅਰਪੋਰਟ ਤੋਂ ਡੇਲੀ ਆਣ ਜਾ ਰਹੇ ਨੀਂਦ ਕਿਤੇ ਪੂਰੀ ਹੋਣੀ ਬਿਮਾਰ ਹੋ ਗਏ ਤਿੰਨ ਬੰਦੇ ਕੱਲ੍ਹ ਤੇਰੇ ਹੋਰ ਆ ਗਏ ਆ ਤਿੰਨ ਤੇ ਦੋ ਪੰਜ ਹੋ ਗਏ ਹਾਂਜੀ ਪੰਜ ਬੰਦੇ ਹੋ ਗਏ ਜੀ ਅਸਰ ਸਾਹਿਬ ਵੱਲ ਤੇ ਇਹਨਾਂ ਹਾਂ ਅੱਠ ਉਹ ਤੇ ਪੁਰਾਣੇ ਹੋ ਗਏ ਨਾ ਮਹੀਨਾ ਮਹੀਨਾ ਉਹਨਾਂ ਨੂੰ ਸਵਾ ਸਵਾ ਮਹੀਨਾ ਹੋ ਗਿਆ ਉਹਨਾਂ ਨੂੰ ਹੈ ਤੇ ਬਲਾਕ ਵਾਲੇ ਦੋ ਬੰਦੇ ਆ ਰਹੇ ਤੇਈ ਤਰੀਕ ਨੂੰ ਜਿਹੜੇ ਆਪਣੇ ਯੂਟਿਊਬ ਦੇ ਜ਼ਰੀਏ ਬੰਦਿਆਂ ਨੇ ਵੀਜ਼ਾ ਲਿਆ ਸੀ ਉਹ ਆ ਰਹੇ ਆ ਜੀ ਇਨਸ਼ਾਅੱਲਾ 23 ਤਰੀਕ ਨੂੰ ਇਨਸ਼ਾਅੱਲਾ ਉਹਨਾਂ ਦੇ ਨਾਲ ਗੱਪਸ਼ੱਪ ਲਾਈ ਜਾਏਗੀ ਪੂਰੇ ਭਾਰਤ ਦੇ ਨਾਲ ਅਤੇ ਉਹਨਾਂ ਦੇ ਨਾਲ ਵਲੌਗ ਵੀ ਬਣਾਵਾਂਗੇ ਆਪਾਂ ਵਲਾਗਰ ਸਾਹਿਬ ਆ ਗਏ ਆ ਇੱਥੇ ਐਕਸਕ੍ਰੀਮ ਖਾਣ ਅਤੇ ਐਕਸਕ੍ਰੀਮ ਐਸਕ੍ਰੀਮ ਉਹੀ ਜਿਹੜੀ ਤੁਸੀਂ ਕਹਿਣ ਡੇ ਐਸਕ੍ਰੀਮ ਐਕਸਕ੍ਰੀਮ ਐਕਸਕ੍ਰੀਮ ਖਾਣ ਆਏ ਆ ਜੀ ਇੱਥੇ ਦੇ ਮਾਸ਼ਾਅੱਲਾ ਜੀ ਕੀ ਕਰੀਏ ਗਰਮੀ ਬਹੁਤ ਆ ਅਤੇ ਆਹ ਅੱਖਾਂ ਜਿਹੜੀਆਂ ਨਾ ਖੁੱਲ੍ਹਣ ਨਹੀਂ ਡੀਆਂ ਅਸਾਂ ਤੈਨੂੰ ਪਤਾ ਮੈਂ 9 ਵਜੇ ਨਿਕਲਦਾ ਵਾਂ ਜੀ ਰਾਤ ਨੂੰ 2:30 ਵਜੇ ਤੱਕ ਮੇਰੀ ਆਖਰੀ ਸ਼ਿਫਟ ਹੁੰਦੀ ਅਲਾ ਤੂੰ ਜੀ ਜੀ ਅੱਗੇ ਲਾਉਂਦਾ ਸੀ ਮੈਂ ਬ੍ਰੇਕ ਤਕਰੀਬਨ 6 ਵਜੇ ਤੋਂ ਲੈ ਕੇ ਅਤੇ 8 ਵਜੇ ਤੱਕ ਮੇਰੀ 2 ਘੰਟਿਆਂ ਦੀ ਬ੍ਰੇਕ ਹੁੰਦੀ ਸੀ ਹਾਂਜੀ ਹੁਣ ਤਾਂ ਬ੍ਰੇਕ ਵੀ ਨਹੀਂ 600 ਦਾ ਲਾਲਚ ਜਿਹੜਾ ਨਾ ਬਹੁਤ ਭੈੜਾ ਕੋਈ ਨਹੀਂ ਰੱਬ ਮਿਹਰ ਕਰੂਗਾ ਇਨਸ਼ਾਅੱਲਾ ਜੀ ਅਤੇ ਅਲਹਮਦੁਲਿਲਾ ਤੇਰੇ ਵੀਰ ਦੇ ਹੋ ਗਏ ਅੱਜ ਹੁਣ ਤੱਕ 10 ਆਰਡਰ ਮੈਂ ਮਾਰ ਲਏ ਆ 9 ਵਜੇ ਦਾ ਆਇਆ ਮੈਂ 10 ਵਜੇ ਅੱਛਾ ਜੀ ਅਤੇ 10 ਆਰਡਰ ਮਾਰਨ ਤੋਂ ਬਾਅਦ ਆਪਣਾ ਹੋ ਗਿਆ ਜੀ ਅੱਜ 400 ਪਿੱਛੇ ਹੈਗੇ ਆ ਇਹ ਹੈਗਾ ਕੱਤੀਆਂ ਦਾ ਮਹੀਨਾ ਮਈ ਦਾ ਨਾ 5ਵਾਂ ਮਹੀਨਾ ਨਾ ਆਹੋ 5ਵਾਂ ਮਹੀਨਾ ਇਹ ਹੈਗਾ ਕੱਤੀਆਂ ਦਾ ਮਹੀਨਾ ਅਤੇ 3 ਰਹਿ ਗਿਆ 11 ਇਸ ਟਾਈਮ ਮੈਨੂੰ ਚਾਹੀਦੀ ਆ 18 ਦੀ ਐਵਰੇਜ ਅੱਲਾ ਖੈਰ ਅਤੇ ਇਨਸ਼ਾਅੱਲਾ ਮੇਰਾ ਖਿਆਲ ਆ ਵੀ 610 ਕੁ ਤੇ ਹੋ ਹੀ ਜਾਣਗੇ ਹੈ ਨਾ ਇਨਸ਼ਾਅੱਲਾ ਜ਼ਿਆਦਾ ਹੋਣਗੇ ਅੱਲਾ ਖੈਰ ਹੋ ਜਾਣਗੇ ਹਜੇ ਯਕਮ 'ਤੇ ਅਸੀਂ ਛੁੱਟੀ ਮਾਰੀ ਆ ਤੁਹਾਨੂੰ ਪਿਛਲੇ ਵਲੋਗ ਦੇ ਵਿੱਚ ਦੱਸਿਆ ਜਦੋਂ ਬਾਰਿਸ਼ ਸੀ 3 ਦਿਨ ਛੁੱਟੀ ਕੀਤੀ ਸੀ ਅਤੇ ਆਈਡੀ ਮੇਰੀ ਆ ਗਈ ਸੀ 4 ਤੇ ਹੁਣ ਲਿਆਂਤੀ ਆ ਮੈਂ 2 ਤੇ ਆਹੋ ਅਤੇ ਜੁਮੇ ਰਾਤ ਅਤੇ ਜੁਮੇ ਵਾਲੇ ਦਿਨ ਕੰਮ ਹੁੰਦਾ ਵਾ ਬਹੁਤ ਜ਼ਿਆਦਾ ਅਤੇ ਪਿਛਲੇ ਜੁਮੇ ਵਾਲੇ ਦਿਨ ਜਿਹੜਾ ਨਾ ਅਸਦ ਮੈਂ ਮਾਰੇ ਸੀ 29 ਆਰਡਰ ਮਾਸ਼ਾਅੱਲਾ ਅਲਹਮਦੁਲਿਲਾ ਕਮਾਈ ਆਉਂਦਾ ਸੀ ਬ੍ਰੇਕ ਨਹੀਂ ਸੀ ਨਾ ਲੱਗਦੀ ਯਾਰ ਗੱਲ ਇਹ ਯਾਰ ਸਾਜੀ ਬੰਦਾ ਇਹਦੀ ਨੀਅਤ ਹੋਵੇ ਨਾ ਸੱਚੀ ਅਤੇ ਰੱਬ ਰੀਜਕ ਦਿੰਦਾ ਆ ਮਿਹਨਤ ਵੀ ਨਾਲ ਕਰਨੀ ਪੈਂਦੀ ਮਿਹਨਤ ਕਰਕੇ ਹੀ ਤਾਂ ਸਿਲਾ ਮਿਲਦਾ ਹੈਗਾ ਆ ਬੰਦੇ ਕੀ ਕਰਦੇ ਆ ਇੱਥੇ ਜੀ ਉਹ ਇਹ ਅੱਧਾ ਘੰਟਾ ਆਰਡਰ ਨਹੀਂ ਪਿਆ ਹੁਣ ਮੈਨੂੰ ਕਿੰਨੇ ਦਿਨ ਹੋ ਗਏ ਮਹੀਨਾ ਹੋ ਗਿਆ ਆਰਡਰ ਨਹੀਂ ਪੈ ਰਿਹਾ 15-20 ਦਿਨ ਤਾਂ ਹੋ ਗਏ ਆਹ 20 ਦਿਨ ਆਹ ਮਹੀਨਾ ਤੇਰਾ ਬਹੁਤ ਖਸਾਰਾ ਅਤੇ ਮੈਂ ਫਿਰ ਵੀ ਆਉਂਦਾ ਵਾਂ ਕੰਮ 'ਤੇ ਆਪਣੇ ਕੰਮ ਨੂੰ ਟਾਈਮ ਦੇ ਕੇ ਜਾਂਦਾ ਯਾਰ ਚਲੋ ਅੱਜ ਨਹੀਂ ਪੈਂਦਾ ਕੋਈ 2-4 ਦਿਨ ਠਹਿਰ ਕੇ ਪੈ ਜਾਏਗਾ ਗੱਲ ਇਹ ਆ ਕਿ ਆਪਣੇ ਕੰਮ ਨੂੰ ਟਾਈਮ ਦਿਓਗੇ ਤੁਹਾਨੂੰ ਫਾਇਦਾ ਹੋਏਗਾ ਅਤੇ ਇਹ ਹੁਣ ਬਲਾਗਰ ਭਾਈ ਟਾਈਮ ਦੇ ਰਹੇ 15-20 ਘੰਟੇ ਤੇ ਉਹਨਾਂ ਨੂੰ ਫਾਇਦਾ ਹੋਣ ਡਿਆ ਵਾਲਾ ਕਰੇ ਕੋਈ ਨਹੀਂ 4 ਘੰਟੇ ਸੌ ਰਿਹਾ ਕੱਲ੍ਹ ਮੈਨੂੰ ਬੰਗਾਲੀ ਟਕਰਿਆ ਕਹਿੰਦਾ ਕਿਤਨੇ ਆਰਡਰ ਹੋ ਗਏ ਮੈਨੇ ਕਿਹਾ ਯਾਰ ਮੇਰੇ ਹੋ ਗਏ 22 ਕਹਿੰਦਾ ਕਿਤਨੇ ਵਜੇ ਆਇਆ ਮੈਂ ਕਿਹਾ ਮੈਂ ਤੂੰ ਆਇਆ 9 ਵਜੇ ਤੋ ਕਿਤਨੇ ਵਜੇ ਤੱਕ ਸ਼ਿਫਟ ਹੈ ਮੈਨੇ ਕਿਹਾ 3 ਵਜੇ ਤੱਕ ਉਹ ਕਹਿੰਦਾ ਤੂੰ ਬਿਮਾਰ ਨਹੀਂ ਹੋ ਤੇ ਬਿਮਾਰ ਹੋਣਾ ਹੈ ਕਾ ਤੋ ਮੈਨੇ ਕਿਹਾ ਨਹੀਂ ਯਾਰ ਬਿਮਾਰ ਕਿਉਂ ਹੋਣਾ ਹੈ ਅੱਲਾ ਰਹਿਮ ਕਰੇਗਾ ਬਸ ਇਹ ਹੈ ਕਿ ਹਮਾਰਾ ਇਸ ਦਫ਼ਾ ਕਪੀਲ ਨੇ ਡਾਲਾ ਥਾ 600 ਆਰਡਰ ਪਰ 1000 ਰਿਆਲ ਇਨਾਮ ਉਹ ਮੈਂ ਇਨਾਮ ਕੀ ਖਾਤਰ ਲੈਣੇ ਕੀ ਕੋਸ਼ਿਸ਼ ਕਰ ਰਹਾ ਜਿਸ ਕੀ ਵਜ੍ਹਾ ਸੇ ਨਾ ਤੋ ਤਬੀਅਤ ਥੋੜ੍ਹੀ ਸੀ ਅਪਸੈਟ ਹੈ ਲੇਕਿਨ ਹਮ ਅਬ ਖਾਏਂਗੇ ਆਈਸਕ੍ਰੀਮ ਥੋੜ੍ਹੀ ਸੀ ਅੰਦਰ ਠੰਡਕ ਹੋ ਗਈ ਤੋ ਫਿਰ ਰੰਗ ਬਹੁਤ ਕਾਲਾ ਹੋ ਗਿਆ ਮੈਨੂੰ ਲੱਗਦਾ ਜੋ ਪਾਕਿਸਤਾਨ ਜਾਣਾ ਪੈਣਾ ਕੋਈ 47 ਫੇਸ਼ੀਅਲ ਕਰਾਉਣੇ ਪੈਣੇ ਚਲੋ ਅੱਲਾ ਪਾਕ ਖੈਰ ਕਰੇ ਜੀ ਅਤੇ ਆ ਤੁਹਾਨੂੰ ਆਈਸਕ੍ਰੀਮ 'ਤੇ ਮਿਲਦੇ ਹਾਂ ਆਈਸਕ੍ਰੀਮ ਆ ਜਾਵੇ ਫਿਰ ਦਿਖਾ ਕੇ ਅਤੇ ਤੁਹਾਨੂੰ ਦਿਖਾ ਕੇ ਖਾਵਾਂਗੇ ਕਿਆ ਤਾਂ ਪਾਣੀ ਪੀਣ ਵਾਲੇ ਅਤੇ
ਤੇ ਜਿਹੜੇ ਉਹ ਨੀ ਸਾਈਕਲਾਂ ਤੇ ਕੁਲਫੀਆਂ ਵੇਚਣ ਆਉਂਦੇ ਸੀ ਉਹਨਾਂ ਕੋਲ ਵੀ ਸੁੱਕੀਆਂ ਰੋਟੀਆਂ ਵੇਚ ਕੇ ਤੇ ਆਈਸਕ੍ਰੀਮਾਂ ਖਾਂਦੇ ਸੀ। ਅੱਜ ਬਾਹਰ ਆ ਗਏ ਮਾਸ਼ਾਅੱਲਾ, ਅੱਜ ਵੇਖੋ ਜੀ 8-8 ਰਿਆਲ ਦੀ ਆਈਸਕ੍ਰੀਮ ਖਾਣ ਡੇ ਜੀ, ਪਾਕਿਸਤਾਨੀ ਯੂਰਪ ਦੇ ਕੇ 750-800-800 ਦੀ। ਤੇ ਚਲੋ ਅੱਲਾ ਖੈਰ ਕਰੇ, ਕੋਈ ਨੀ, ਰੱਬ ਜਦੋਂ ਸੁਣਦਾ ਵਾ ਹਰ ਬੰਦੇ ਦੇ। ਕਿਹੜਾ ਕਿਹੜਾ ਫਲੇਵਰ ਆ ਜੀ? ਸਟਾਬਰੀ ਫਲੇਵਰ ਆ, ਸਟਾਬਰੀ ਆ ਜਿਹੜਾ ਜੀ ਹੈਗਾ ਜੀ, ਇਹਨੂੰ ਕੀ ਕਹਿੰਦੇ ਆ? ਚਾਕਲੇਟ ਫਲੇਵਰ। ਆ ਜਿਹੜਾ ਫਲੇਵਰ ਆ ਜੀ, ਇਹ ਵੀ ਉਹੀ ਆ, ਸਟਾਬਰੀ ਆ ਜੀ। ਹਾਂ ਸੇਮ ਸੇਮ। ਤੇ ਜਿਹੜਾ ਨਾ ਸਿਆਣਿਆਂ ਦੀ ਮਿਸਾਲ ਆ, ਹਰ ਕੁੱਤੇ ਦਾ ਇੱਕ ਦਿਨ ਆਉਂਦਾ, ਤੇਰਾ ਦਿਨ ਆ ਗਿਆ। ਤੇ ਚਲੋ ਅੱਲਾ ਪਾਕ ਖੈਰ ਕਰੇ ਯਾਰ, ਅੱਲਾ ਪਾਕ ਹਰ ਬੰਦੇ ਨੂੰ ਦਾ ਦਿਲ ਲਿਆਵੇ। ਤੇ ਕੋਈ ਨੀ, ਰੱਬ ਮਿਹਰ ਕਰੇ, ਦੁਆ ਕਰਦੇ ਆ ਜੀ ਤੁਸੀਂ ਵੀ ਇੱਥੇ ਆਓ। ਆਹੋ, ਤੇ ਆਣ ਕੇ ਆਈਸਕ੍ਰੀਮ ਖਾਓ, ਤੁਸੀਂ ਆਈਸਕ੍ਰੀਮ ਖਾਓ ਤੇ ਮਾਲ ਮੋਟਾ ਕਮਾਓ। ਕੱਢਣਾ ਹੋ ਗਿਆ ਧੋਖਾ। ਅਤੇ 8 ਰਿਆਲ ਦੀ ਆਈਸਕ੍ਰੀਮ ਲਈ ਇਹ, ਅਤੇ ਆਹ ਵੇਖੋ ਜੀ, ਆਹ ਰੂਮ ਕਰਕੇ ਵਿੱਚ ਚੈੱਕ ਕਰੋ, ਅੱਧੀ ਵਿੱਚੋਂ ਖਾਲੀ। ਇੱਧਰ ਦੇਖੋ, ਇੱਧਰ ਦੇਖੋ ਜੀ, ਮਾਲ ਸਾਰਾ ਅੰਦਰ ਜਾਣ ਡਿਆ, ਅੰਦਰੋਂ ਖਾਲੀ ਦਿੱਤੀ ਜਾ ਉਹਨਾਂ ਨੇ ਜੀ। ਇਹ ਆਹ ਵੇਖੋ ਜੀ, ਇਹ ਅੰਦਰੋਂ ਸਾਰੀਆਂ ਖਾਲੀ ਆਈਸਕ੍ਰੀਮਾਂ ਵਾ, ਅਤੇ ਅਸੀਂ ਉਹਨਾਂ ਨਾਲ ਹੁਣ ਲੜਨ ਲੱਗੇ। 8 ਰਿਆਲ ਦੀ ਇਹਨਾਂ ਨੇ। ਆਹੋ, ਅਤੇ ਆਹ ਮੇਰਾ ਮੇਰਾ ਤਾਂ ਬਹੁਤਾ ਹੀ ਵਿੱਚ ਵੇਖੋ, ਇਹ ਗੁਫਾ ਬਣੀ ਪੂਰੀ। ਓਹੋ, ਇੱਧਰ ਮਾਲ ਸਾਰਾ ਅੰਦਰ ਰੋਡ ਰੋਡ ਕੇ ਜਾਣ ਡਿਆ, ਤੇ ਭਾਈ ਜਾਨ ਨੇ ਧੋਖਾ ਸਾਡਾ ਹੋ ਗਿਆ। ਚਲੋ ਕੋਈ ਨੀ, ਅੱਲਾ ਪਾਕ ਖੈਰ ਕਰੇ। ਬਾਬਾ ਜੀ ਸਿਆਣੇ ਚਾਹੀਦਾ ਸੀ ਵੀ ਏਦਾਂ ਖੜਕਾ ਕੇ ਨਾ, ਆਹੋ, ਤੇ ਫਿਰ ਨੱਪ ਨੱਪ ਕੇ ਪਾਉਂਦੇ, ਪਰ ਰਿਆਇਤੀ ਕੀਤੀ ਇਹ। ਚਾਚਾ ਸਲੀਮ, ਮੈਂ ਪੁੱਛਿਆ ਉਹਨਾਂ ਨੂੰ, ਕਹਿੰਦੇ ਸਾਡੀ ਮਸ਼ੀਨ ਖਰਾਬ। ਹਾਂ, ਇਹ ਕਿਹੜਾ ਅਸਲਮ ਦਰਦੀ ਭਰਨ ਲਿਆ ਹੱਥ, ਖਾਲੀ ਵੀ ਗੜਦੀ। ਚਲੋ ਅੱਲਾ ਖੈਰ ਕਰੇ ਜੀ, ਠੀਕ ਆ ਜੀ, ਹੁਣ ਧੋਖਾ ਤਾਂ ਜਿਹੜਾ ਹੋਣਾ ਹੀ ਹੋ ਗਿਆ, ਹੁਣ ਖਾਈਏ ਤਾਂ ਸਹੀ ਨਾ। ਅਤੇ ਬਾਕੀ ਅਗਲੇ ਮਲਾਕ ਦੇ ਵਿੱਚ ਭਲਾ ਭਾਈ ਮੁਲਾਕਾਤ ਹੁੰਦੀ, ਕਿਉਂਕਿ ਸਾਨੂੰ ਭੁੱਖ ਬਹੁਤ ਲੱਗੀ। ਮੈਂ ਵੀ ਹੁਣ ਕੈਮਰਾ ਫੜ ਕੇ ਅਤੇ ਮੇਰੇ ਮੂੰਹ 'ਚ ਲਾਲਾਂ ਡਿੱਗਣ ਡਈਆਂ। ਹਾਂਜੀ, ਅਸੀਂ ਘਰ ਆ ਰਹੇ ਹਾਂ, ਠੀਕ ਹੋ ਗਿਆ ਜੀ, ਠੀਕ ਹੋ ਗਿਆ। ਇਨਸ਼ਾਅੱਲਾ ਤੁਹਾਨੂੰ ਅਗਲੇ ਵਲੋਗ ਦੇ ਵਿੱਚ, ਉਮੀਦ ਕਰਦਾ ਤੁਹਾਨੂੰ ਇਹ ਵਲੋਗ ਪਸੰਦ ਆਇਆ ਹੋਏਗਾ, ਅਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਕਮੈਂਟ ਜ਼ਰੂਰ ਕਰ ਦਿਆ ਕਰੋ। ਜ਼ਿਆਦਾ ਤੋਂ ਜ਼ਿਆਦਾ ਵੀਡੀਓ ਦੇਖੋ, ਨਹੀਂ ਪਸੰਦ ਆਉਂਦੀ ਚਲਾ ਕੇ ਰੱਖ ਸਾਈਡ 'ਤੇ ਰੱਖ ਦਿਓ। ਠੀਕ ਹੋ ਗਿਆ ਜੀ, ਅੱਲਾ ਹਾਫਿਜ਼। ਓਕੇ ਹੋ ਗਿਆ ਜੀ।